आज मैं अपनी छोटी बेटी का इंजेक्शन लगवाने जा रहा हूँ। यहाँ लोकल में जा रहा हूँ, पता किया तो अल्लाह जा रहा हूँ, यहाँ इंजेक्शन नहीं लग पा रहा है। तो अब जो है मैं हॉस्पिटल जा रहा हूँ। मैं तो कल से डेहरी में लगा था, कल से नहीं रहा था, इसी कारण आज जो है नर्स टाइम हो गया वो डॉक्टर के भी नर्सों के बारे में कितने काल के चलो अगे हीरो तो तुम हो, फिल्म के हीरो तो तुम अगे चलो चलाएगा ना, पर्ची बनाना पड़ेगा। अभी तो ही है डॉक्टर आए नहीं कुछ। मैं छुट्टी है कल का है। बार में छुट्टी है। टीका नहीं लगेगा बच्चों को। छुट्टी है नहीं ये घूमते हैं। आह स्कूल लगी तो छुट्टी है। फालतू यार। कर नहीं चाहता यार। लेकिन मुझे पता मैं तैयार ही नहीं। ये भी ताई गया बच्चे लगे। देख लो एक बारी खुला है कि नहीं। नहीं खुला होना यार, सरकारी छुट्टी है ना।
ਇਧਰ ਵੀ ਘੁੰਮਦਾ ਇਧਰ ਚਲਦਾ ਹੋਇਆ ਪਿੱਛੇ ਇੱਥੇ ਲਿਖਿਆ ਅੰਗਹੀਣ ਤੇ ਸਰਟੀਫਿਕੇਟ ਮੰਗਲਵਾਰ ਤੇ ਵੀਰਵਾਰ ਬਣਦੇ ਹਨ ਇਸ ਲਈ ਆਧਾਰ ਕਾਰਡ ਦੀ ਫੋਟੋ ਕਾਪੀ ਦੋ ਪਾਸਪੋਰਟ ਸਾਈਜ਼ ਫੋਟੋ ਤੇ ਸ਼ਿਵੈਕ ਘੰਟਣਾ ਪੱਤਰ ਜ਼ਰੂਰੀ ਹੈ ਕਿਹੜਾ ਦਿਵਿਆਂਗਣ ਹੋਈ ਹੈਂਡੀਕੈਪ ਦਿਵਿਆਂਗਣ ਵਿਅਕਤੀ ਨੂੰ ਆਪਦੀ ਸੁਵਿਧਾ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਹੈਂਡੀਕੈਪ ਸਰਟੀਫਿਕੇਟ ਬਣਾਉਣ ਲਈ ਦਿਵਿਆਂਗਣ ਵਿਅਕਤੀ ਹੈ ਦੇ ਰਿਸ਼ਤੇਦਾਰ ਹੀ ਉੱਪਰ ਮੈਡੀਕਲ ਸੁਪਰਡੈਂਟ ਦਫ਼ਤਰ ਵਿਖੇ ਭੇਜੇ ਜਾਣ ਤਾਂ ਜੋ ਦਿਵਿਆਂਗਣ ਵਿਅਕਤੀ ਨੂੰ ਉੱਪਰ ਜਾਣ ਵਿੱਚ ਮੁਸ਼ਕਲ ਨਾ ਹੋਵੇ ਉੱਪਰ ਸਾਨੂੰ ਉੱਪਰ ਚੱਲ ਮੈਨੂੰ ਫਾਲਤੂ ਮੋਬਾਈਲ 'ਚ ਪੈਸਾ ਵੀ ਖਰਚਾ ਹੋ ਗਿਆ ਮੈਨੂੰ ਵੀ ਪਤਾ ਮੈਨੂੰ ਲੱਗਾ ਘਰ ਪੇਪਰ ਹੈ ਤਾਂ ਛੁੱਟੀ ਕੀਤੀ ਹੈ ਸਰ ਉਹ ਸ਼ਿਕਾਰੀ ਕੁੱਤਾ ਹੈਗਾ ਸ਼ਿਕਾਰੀ ਕੁੱਤਾ ਨਹੀਂ ਮੋਗਲੀ ਵਾਂਗੂ ਆ ਉੱਥੇ ਪਾਲ ਕੇ ਰੱਖਾ ਸਭ ਛੁੱਟੀ ਹੈ ਸਾਰਾ ਬੰਦ ਦੇਖੋ ਇੱਧਰ ਵੀ ਬੰਦ ਇੱਧਰ ਵੀ ਦੇਖੋ ਬੰਦ ਬੰਦ ਦੇਖੋ ਸਾਰਾ ਛੁੱਟੀ ਹੈ ਦੇਖੀਏ ਦੋਸਤੋ ਇਹ ਛੁੱਟੀ ਹੈ ਹਮ ਲੋਕ ਆਏ ਛੁੱਟੀ ਕਿਆ ਲਗਾਉਣਾ ਥੋੜ੍ਹਾ ਬਾਅਦ ਰਿਕਾਰਡਿੰਗ ਕਰ ਦੂੰਗਾ ਕਿੱਦਾਂ ਸਰ ਇੱਧਰ ਨਹੀਂ ਇਹ ਤਾਂ ਹੀ ਹੈ ਉਹ ਤਾਂ ਮੇਰੇ ਕੋਲ ਪਤਾ ਹੀ ਹੈ ਵਹਾਂ ਫਿਰ ਛੋਟੀ ਬੇਟੀ ਕਾ ਵੀ ਜਨਮ ਹੁਆ ਥਾ ਡੈਡ ਕੇ ਦੱਸਦੇ ਕਰ ਲੋ ਚਲੋ ਡਰ ਵੀ ਲੱਗਦਾ ਨਾ ਕੋਈ ਬੋਲੇ ਨਾ ਤੁਹਾਨੂੰ ਬੋਲੂਗਾ ਮੈਨੂੰ ਤਾਂ ਨਹੀਂ ਬੋਲੂਗਾ ਪੜਾ ਚਾਲੂ ਹੈ ਚਾਲੂ ਹੈ ਚਾਲੂ ਹੈ ਕਰ ਰਹੇ ਹਾਂ ਨਾ
कोरोना टेस्ट कर देंगे। ਇੱਕ ਕਿਲੋ ਪਾ ਹੋ ਗਈ, ਇੱਕ ਕਿਲੋ ਮਾਰਕੀਟ ਦਾ ਗੇੜਾ ਮਾਰ ਕੇ ਉਹਦੇ ਬਣਾ ਲੈਂਦੇ ਹਾਂ। ਦੇਖ ਬਾਕੀ ਦਿਨ ਇੰਨੀ ਹਲਕੀ ਬਿਲਕੁਲ ਭੀੜ ਨਹੀਂ ਹੁੰਦੀ, ਐਤਵਾਰ ਹੋਵੇਗਾ ਤੇ ਨਹੀਂ ਭੀੜ ਹੁੰਦੀ ਆ। ਲੋਕ ਵੀ ਆਪਣੇ ਆਪ ਬਣੀ ਕਸਮ ਕਦਾਈ ਹੋ ਗਿਆ, ਕਸਮ ਤਾਂ ਹੋ ਜੂਗਾ ਹੈ ਨਾ। ਦੋ ਦੋ ਕੰਟੈਂਟ ਪੈਂਦਾ ਅੱਗੇ ਕਰਕੇ ਤੁਹਾਡੇ ਦੱਸਦੇ ਚੰਗਲੀ ਵਾਲੇ ਨੂੰ ਲੈ ਕੇ ਗਿਆ ਨਾ, ਜੈਸੇ ਹੀ ਹੋਸਪਿਟਲ ਮੈਂ ਐਂਟਰੀ ਕੀਤੀ ਪੁਲਿਸ ਵਾਲਾ ਚੋਰ ਕਾ ਟੈਸਟ ਕਰਵਾਉਣੇ ਲਿਆ। ਚੋਰੋ ਕਾ ਵੀ ਟੈਸਟ ਹੋ, ਪਹਿਲਾਂ ਵੀਡੀਓ ਦੇਖ ਲਓ, ਉਸ ਤੋਂ ਬਾਅਦ ਸੋਚੋ ਕੀ ਬੋਲਣਾ ਹੈ। ਨਾਲ ਦੀ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਬੋਲੇ, ਇੱਕੋ ਹੀ ਗਾਣਾ ਰੱਟਦੇ ਰਹੇ ਨੇ 50 ਵਾਰ।
काटूंगा मैं तो कहीं बाहर जाने की जरूरत नहीं है काटूंगा तो घर पे ही बन जाएगा मिमी जा चलो नहीं खोंदे माल काट रहा है ये किसको हम पकड़ लेंगे जो हमको बंद है क्या कह रही है बोल रही है क्या कह रही है